ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਵੱਡਾ ਟੈਂਟ 11 ਸਤੰਬਰ ਨੂੰ ਲੱਗਿਆ ਸੀ ਵੱਡੇ ਟੈਂਟ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਇਕੱਠ ਰਹਿੰਦਾ ਦਿਨ ਰਾਤ ਦਾ ਧਰਨਾ ਚੱਲਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਇਸ ਤੋਂ ਮੁਆਵਜ਼ਾ ਪਾ ਰਹੇ ਹਾਂ ਜੀ ਕਿਸ਼ਤਾਂ ਸ਼ੁਰੂ ਕਰਤੀਆਂ ਵੀ ਕਿਸਾਨ ਵੀ ਥੋੜਾ ਜਿਹਾ ਜ਼ਿਆਦਾ ਹੀ ਕਰਦੇ ਨੇ ਵੀ ਧਰਨੇ ਦੇ ਧਰਨਾ ਲਾਦਾ ਵੀ ਅਸੀਂ ਦੇ ਰਹੇ ਹਾਂ ਜੀ ਕੀ ਗੱਲ ਹੈ ਇੰਨੀ ਕਾਹਲ ਕਿਉਂ ਸਾਡੀ ਜਿਹੜੀ ਪੰਜਾਬ ਸਰਕਾਰ ਆ ਬਹੁਤ ਲੋਕਾਂ ਨੇ ਚਾਹ ਨਾਲ ਬਣਾਈ ਤੀ ਵੀ ਇਹ ਕੁਝ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਬਾਹ ਫੜੂਗੀ ਪਰ ਇਹ ਉਹ ਵਾਅਦਿਆਂ ਤੋਂ ਭੱਜ ਚੁੱਕੀ ਆ ਜਿਵੇਂ ਉਹ ਅੱਜ ਵੀ ਉਹੀ ਜਿਵੇਂ ਪਹਿਲਾਂ ਵੀ ਉਹ ਜੁਗਲੇਪਨ ਕਰਦਾ ਸੀ ਹੁਣ ਵੀ ਜੁਗਲੇਪਨ ਕਰਦਾ ਸੀ 10,000 ਪਸ਼ੂ ਦੱਸੋ ਤੁਸੀਂ 10,000 ਦੀ ਬੱਕਰੀ ਨਹੀਂ ਆਉਂਦੀ ਸੇ ਤੁਹਾਨੂੰ ਕੀ ਲੱਗਦਾ ਜਿਵੇਂ ਹੜ੍ਹਾਂ ਦਾ ਕਿਤੇ ਨਾ ਕਿਤੇ ਬਹੁਤ ਨੁਕਸਾਨ ਕੀਤਾ ਹੜ੍ਹਾਂ ਨੇ ਪੰਜਾਬ ਦਾ ਕਿੰਨੇ ਜ਼ਿਲ੍ਹਿਆਂ ਦਾ ਨੁਕਸਾਨ ਕੀਤਾ ਸਰਕਾਰ ਨੇ ਕਿੰਨਾ ਕੁ ਕੰਮ ਕੀਤਾ ਹੜ੍ਹ 'ਚ ਸਰਕਾਰ ਨੇ ਕੋਈ ਫਾਇਦਾ ਕੀਤਾ 234 ਕਰੋੜ ਰੁਪਈਆ ਇਹਨਾਂ ਨੇ ਭੇਜਿਆ ਜੀ ਕਿਸਾਨਾਂ ਕੋਲੇ ਤੇ ਨੁਕਸਾਨ ਹੁੰਦਾ ਹੈ 10 ਕਰੋੜ ਦਾ 10,000 ਕਰੋੜ ਦਾ ਭੇਜਦੇ ਨੇ ਸਿਰਫ 234 ਕਰੋੜ ਇਹਦੇ 'ਚ ਅਸੀਂ ਕੀ ਕਹਿ ਸਕਦੇ ਸਾਨੂੰ ਕੀ ਦਿੱਤਾ ਜੇ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਬੱਕਰੀ ਦਾ ਮੁਰਗੀ ਦਾ ਜੇ ਕੋਈ ਨੁਕਸਾਨ ਹੋਇਆ ਕਿਸਾਨ ਦਾ ਕਿਸੇ ਵੀ ਕਿਤੇ ਨਾ ਕਿਤੇ ਛੋਟੇ ਵਪਾਰੀ ਦਾ ਜੋ ਕੰਮ ਕਰਦਾ ਬੱਕਰੀਆਂ ਦਾ ਲਾ ਲਓ ਜਾਂ ਮੁਰਗੀਆਂ ਦਾ ਲਾ ਲਓ ਵੀ ਉਹਨਾਂ ਦਾ ਵੀ ਦਿੱਤਾ ਜਾਊਗਾ ਕੀ ਗੱਲ ਉਹਨਾਂ ਦਾ ਮਿਲਿਆ ਨਹੀਂ ਹੈਗਾ ਵੀ MSP ਦੀ ਗਰੰਟੀ ਦਾ ਅਸੀਂ ਚੁਟਕੀ ਨਾਲ ਜਿਹੜਾ ਕਿ ਉਹ ਵੀ ਨਹੀਂ ਵਾਅਦਾ ਪੂਰਾ ਹੋਇਆ ਨਸ਼ੇ ਦਾ ਚਿੱਟੇ ਦਾ ਵਾਅਦਾ ਕਰਦੇ ਵੀ 2 ਦਿਨਾਂ ਦੇ ਵਿੱਚ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ ਵੀ ਉਹ ਵਾਅਦਾ ਇਹਨਾਂ ਤੋਂ ਪੂਰਾ ਨਹੀਂ ਹੋਇਆ ਵੀ ਗੱਲਾਂ ਬਾਤਾਂ ਨਾਲ ਇਹਨਾਂ ਨੇ ਕਿਹੜਾ ਸਾਰਿਆ ਪਰ ਦੇਣ ਵਾਸਤੇ ਜੇ ਆਪਾਂ ਕਹਿੰਦੇ ਹਾਂ ਵੀ 70,000 ਤੋਂ ਦਿੰਦਾ ਸਾਨੂੰ 600 ਰੁਪਇਆ ਫਿਰ ਅਸੀਂ ਉਹਨੂੰ ਕਿਵੇਂ ਕਹੀਏ ਇਹਦੇ ਕੋਲ ਗੁੱਸਾ ਹੈਗਾ ਇਸ ਗੱਲ ਤੋਂ ਅਸੀਂ ਬਹੁਤ ਚਿਰ ਤੋਂ ਕਫੇ ਹਾਂ ਅਤੇ ਕਿਸਾਨਾਂ ਦਾ ਇਹ ਗੁੱਸਾ ਜਿਹੜਾ ਅੱਜ ਤੋਂ ਝੱਲਿਆ ਨਹੀਂ ਜਾਣਾ ਪਹਿਲਾਂ ਵੀ ਸਰਕਾਰਾਂ ਕਿਸਾਨਾਂ ਦੇ ਗੁੱਸੇ ਨਹੀਂ ਥੱਲੇ ਗੇਰੀਆਂ ਨੇ ਸਮਾਂ ਲੰਘਾਉਣ ਵਾਲੀ ਗੱਲ ਹੈ ਜੇ ਇਹਨਾਂ ਨੇ ਕੁਛ ਦੇਣਾ ਹੁੰਦਾ ਤਾਂ ਇਹ ਸੈਂਟਰ ਸਰਕਾਰ ਨੂੰ ਕੋਲੇ ਜਾਂਦੇ ਅਤੇ ਸੂਬੇ ਨੂੰ ਇਹ ਪੰਜਾਬ ਨੂੰ ਆਫਤਾ ਜਿਹੜੀ ਮਤਲਬ ਹੈ ਜੀ ਤਾਂ ਇਹ ਸੂਬੇ ਤੋਂ ਜਾ ਕੇ ਮੰਗ ਕਰਦੇ ਵੀ ਸਾਡੇ ਪੰਜਾਬ ਦੀ ਦੁਰਸ਼ਾ ਹੋਊਗੀ ਸਾਨੂੰ ਪੈਸੇ ਦਿਓ ਉਹ ਆਪਣੇ ਸੈਂਟਰ ਰਿਲੀਫ ਫੰਡ 'ਚੋਂ ਸਾਨੂੰ ਪੈਸੇ ਦਿੰਦੇ ਇਹ ਤਾਂ ਹੈਂਗਰ ਰੱਖੀ ਖੜਾ ਸਾਡਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਉੱਥੇ ਜਾਂਦਾ ਹੀ ਨਹੀਂ ਮੇਰੇ ਕੋਲ ਬਥੇਰੇ ਪੈਸੇ ਨੇ ਜਿਵੇਂ 92 MLA ਨੇ ਜਾਂ ਹੋਰ ਨਾਲ ਸਲਾਹ ਕਰਕੇ ਜਾਂ ਕੇਂਦਰ ਤੋਂ ਹੁਣ ਉਹ ਕਹੀ ਜਾਂਦਾ ਵੀ ਮੈਂ ਇਹਦੇ ਕੋਲ ਬਹੁਤ ਪੈਸੇ ਨੇ ਕਈ ਲਾਣੇਦਾਰ ਨਾ ਸੁੱਕੀ ਉਹ ਦਿਖਾਈ ਜਾਂਦੇ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 11 12 13 ਸਤੰਬਰ ਨੂੰ ਪੰਜਾਬ ਦੇ MLAs ਮੰਤਰੀਆਂ ਦੀਆਂ ਕੋਠੀਆਂ ਦੀ ਘਰਾਓ ਦਾ ਐਲਾਨ ਕੀਤਾ ਗਿਆ ਸੀ ਉਹ ਐਲਾਨ ਲਗਾਤਾਰ ਪੂਰੀ ਤਰ੍ਹਾਂ ਯਾਨੀ ਕਿ ਪੂਰੀਆਂ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਸ਼ਹਿਰਾਂ 'ਚ MLA ਘੇਰੇ ਅਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਘੇਰੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਭਾਰਤੀ ਕਿਸਾਨ ਯੂਨੀਅਨ ਧਨੇਰ ਗਰੁੱਪ ਯਾਨੀ ਕਿ ਵੱਖੋ ਵੱਖਰੇ ਗਰੁੱਪ ਪੂਰੇ ਪੰਜਾਬ 'ਚ ਜਿਵੇਂ ਪਟਿਆਲੇ ਦੀ ਗੱਲ ਕਰਾਂਗੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਕੋਠੀ ਘੇਰੀ ਗਈ ਆ ਕਿਉਂਕਿ ਉਹ BJP ਦੇ ਆਗੂ ਨੇ ਕਿਤੇ ਨਾ ਕਿਤੇ ਇਹ ਕਿਹਾ ਗਿਆ ਸੀ ਕਿ BJP ਆਗੂਆਂ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ ਵਿਧਾਇਕ ਨੇ ਉਹਨਾਂ ਦੀਆਂ ਕਿਤੇ ਨਾ ਕਿਤੇ ਕੋਠੀਆਂ ਘੇਰੀਆਂ ਜਾਣਗੀਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਵੱਡਾ ਟੈਂਟ 11 ਸਤੰਬਰ ਨੂੰ ਲੱਗਿਆ ਸੀ ਵੱਡੇ ਟੈਂਟ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਇਕੱਠ ਰਹਿੰਦਾ ਦਿਨ ਰਾਤ ਦਾ ਧਰਨਾ ਚੱਲਿਆ ਅਤੇ 3 ਦਿਨ ਧਰਨਾ ਚੱਲਦਾ ਰਿਹਾ ਇਸ ਦੀ ਸਮਾਪਤੀ ਹੋਈ ਹੈ ਅੱਜ ਵੀ ਸਮਾਪਤੀ ਚੰਡੀਗੜ੍ਹ ਕਿਤੇ ਨਾ ਕਿਤੇ ਮੀਟਿੰਗ ਹੋਈ ਗੱਲਬਾਤ ਹੋਈ ਮੀਟਿੰਗ ਤੋਂ ਬਾਅਦ ਅੱਜ ਸਮਾਪਤੀ ਕੀਤੀ ਗਈ ਆ 3 ਰੋਜ਼ਾ ਦਿਨ ਰਾਤ ਦਾ ਮੋਰਚਾ ਯਾਨੀ ਕਿ ਜੇ ਗੱਲਬਾਤ ਕਰੀਏ ਤਾਂ ਕਾਫੀ ਮੰਗਾਂ ਸੀ ਕਿਸਾਨਾਂ ਦੀਆਂ ਸੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮੌਜੂਦ ਨੇ ਕਰਮ ਸਿੰਘ ਬਲਿਆਲ ਕਰਮ ਜੀ 3 ਦਿਨ ਦਾ ਧਰਨਾ ਅੱਜ ਸਮਾਪਤ ਕਰਤਾ ਫਿਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਮੇਨ ਅਤੇ ਸਮਾਪਤ ਕਿਵੇਂ ਕਰਿਆ ਮੀਟਿੰਗ 'ਚ ਕੀ ਗੱਲਬਾਤ ਹੋਈ ਹੈ ਅਤੇ ਸਾਡੀ ਅੱਜ ਚੰਡੀਗੜ੍ਹ 32 ਜਥੇਬੰਦੀਆਂ ਦੀ ਆਗੂਆਂ ਦੀ ਮੀਟਿੰਗ ਸੀ ਉਹ ਮੀਟਿੰਗ ਦਾ ਸਾਡਾ ਪਹਿਲੇ ਹੀ ਰੱਖਿਆ ਸੀ ਵੀ 13 ਤਰੀਕ ਨੂੰ ਮੀਟਿੰਗ ਕਰਾਂਗੇ ਮੀਟਿੰਗ ਦਾ ਸਾਡਾ 3 ਦਿਨ ਦਾ ਇਹ ਜਿਹੜਾ ਪ੍ਰੋਗਰਾਮ ਸੀ ਇਹ ਸਾਡਾ ਸਾਰੇ ਪੰਜਾਬ ਦੇ ਵਿੱਚ 24 ਥਾਂ ਤੇ ਰੋਕਣਾ ਸੀ ਅਤੇ ਉਹ 22 'ਤੇ ਹੋਇਆ ਜਾਂ 24 'ਤੇ ਹੋਇਆ ਇਹ ਤਾਂ ਪੂਰਾ ਕਨਫਰਮ ਨਹੀਂ ਅਤੇ ਜਿਹੜਾ ਸਾਡਾ ਇੱਥੇ ਬਹੁਤ ਵਧੀਆ ਜਿਹੜਾ ਸਾਰੀਆਂ ਜਥੇਬੰਦੀਆਂ ਨੇ ਚਲਾਇਆ ਸਾਡੀਆਂ 9 ਜਥੇਬੰਦੀਆਂ 'ਤੇ ਆ ਅਤੇ ਉਹ ਸਾਰੇ ਇੱਕ ਦੂਜੇ ਨਾਲ ਖੁਸ਼ ਵੀ ਨੇ ਅਤੇ ਅਸੀਂ ਜਿਹੜਾ ਇਹ ਮੁਆਵਜ਼ਾ ਲਾਣਿਆ ਸਾਨੂੰ ਪਤਾ ਲੱਗਿਆ ਵੀ ਮੁਆਵਜ਼ਾ ਉਹਨਾਂ ਨੇ ਪਾਉਣਾ ਸ਼ੁਰੂ ਕਰਿਆ 6,800 ਰੁਪਏ ਬਿਲਕੁਲ ਮੈਂ ਵੀ ਪ੍ਰਧਾਨ ਜੀ ਇਹੀ ਗੱਲਬਾਤ ਕਰਨ ਲੱਗਿਆ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਇਸ ਤੋਂ ਮੁਆਵਜ਼ਾ ਪਾ ਰਹੇ ਹਾਂ ਜੀ ਕਿਸ਼ਤਾਂ ਸ਼ੁਰੂ ਕਰਤੀਆਂ ਵੀ ਕਿਸਾਨ ਵੀ ਥੋੜ੍ਹਾ ਜ਼ਿਆਦਾ ਹੀ ਕਰਦੇ ਨੇ ਵੀ ਧਰਨੇ ਦੇ ਧਰਨਾ ਲਾਦਾ ਵੀ ਅਸੀਂ ਦੇ ਰਹੇ ਹਾਂ ਜੀ ਕੀ ਗੱਲ ਹੈ ਇੰਨੀ ਕਾਹਲ ਕਿਉਂ ਅਸੀਂ ਇਸ ਗੱਲ ਤੋਂ ਕਾਹਲ ਕਰਦੇ ਹਾਂ ਉਹ 6,800 ਰੁਪਈਏ ਦੇ ਨਾਲ ਤਾਂ ਉਹਦੀ ਲਵਾਈ ਵੀ ਨਹੀਂ ਬਣਦੀ ਜਿਹੜੀ ਕਿਸਾਨ ਦੀ ਲਵਾਈ ਹੈ ਦੁਬਾਰੇ ਲਵਾਈ ਹੈ ਜਿਹੜੀ ਲਵਾਈ ਹੈ ਉਹਨੂੰ ਪੁੱਛੇ ਉਹ ਕਿਸਾਨ ਦਾ ਬੇਟਾ ਘੁੰਮਦਾ ਹੈ ਉਹ ਕਹਿੰਦਾ ਮੈਂ ਮਾਸਟਰ ਦਾ ਪਿੱਟਾਂ ਪਿੰਡਾਂ 'ਚੋਂ ਗਿਆ ਮੈਨੂੰ ਸਾਰੀ ਗੱਲ ਦਾ ਪਤਾ ਹੈ
भी 800 रुपये के नाल एक बारी लवाई नहीं मुड़ती, तेल नहीं मुड़ता, तेल कितना महंगा है। पर जिमें वो अज भी उ जिमें पहला भी वो जुगलेपन करता थी, हूँ भी जुगलेपन करता थी। 10,000 पशु दसो तुम, 10,000 की बकरी नहीं आती, वो 10,000 पा रहा, पर पा रहा है, पर पाया भी ये इस उस है जो असी 3 दिन ये तकड़ा मोर्चा ला के रखा 22 थाई तो उन्होंने पाना शुरू कराया। इधर पहला चुप्पे थी, सानू कहती भी अच्छा उस तो पा रहे 15 उस तो। वैसे पहले ये भी कहा गया सी कि बकरी का मुर्गी का जे कोई नुकसान होया किसान का किसी भी कितना कितने छोटे व्यापारी का जो काम करता बकरियों का ला लो ज मुर्गियों का ला लो भी उन्होंने भी दिता जाऊगा की गल उन्होंने मिले नहीं है हूँ उन्होंने कुछ नहीं मिले। वो तो साढ़े ना सबका मजाक किया कि जिमें बकरियां मुर्गियां सानू बनाया किसानों से मजदूर छोटे दुकानदारों पर कहन के उत्ते जिमें आप कहने भी कह वाली गल्ला ने जो मामजा हूँ साढ़े सारे लिस्टा के बच्चे एक किसान का घोड़ा भी मरिया पशु भी मरे ने भी वो मामजा सानू नहीं लगता जिमें असी मकान का 5 लाख रुपया मनिया मैंबर से लिखा हुआ 5 लाख से भी मकान नहीं पैंता छोटे तो छोटा पर सरकार ने साडिया जिहड़ियां बहुत असी तो कहने भी बहुत नंगूना है मामजा है यू असी रद्द कर रहे हैं। असी 22-23 तरीक न फिर पक्के मोर्चे लावे असी ये माम पहला भी साढ़िया पहला भी सरकार चल रही पहला भी सानू ये जिहड़ियां सरकार अकाली दल की बनिया कांग्रेस की बनिया ये भी पहला घट लाने दी आउंदियां कदे भी नहीं इन्होंने पूरा दिता। प्रधान जी अज 13 सितंबर हुण तुसीं 10 दिन का 9 दिन का समा होर देता सरकार नूं भी जे मुआवजा देता तां तुसीं डिले कर दोगे नहीं फिर प्रोटेस्ट करोगे। ये असी ने तां दिता भी जे उहदे कोई माड़ी मोटी जे अख है जां अणख है वो जाग पे जां उहनूं सोचण ते मजबूर हो जाए जां उह कई जिवें आपां कहिंदे आ परिवार है जिवें 92 MLA ने जां होर नाल सलाह करके जां केंद्र तों हुण उह कहीं जांदा भी मैं इहदे कोल बहुत पैसे ने कई लानेदार ना सुक्की दिखाई जाते हैं तो ऐटकी तुम्हें हाड़ी चबालियाँ करा दूंगा तेनों जीरी चबालियाँ करा दूँ वो गल्ला माता साढ़े ना पंजाब नाल अज वो मजाक वाली गल्ला ने उहदे कोल भगवंत मान कोल केंद्र बिना साडा निर्वाह नहीं होना केंद्र तो बिना कदे भी कोई सूबा नहीं चलता होंदा यानी कि जेब खाली गल्लां करी जाणियां भी बहुत गुस्सा साडे कोल बहुत गुस्सा यही गल हो रही गल्लां नाल तां सानू बहुत सौंका सौंका सानू किसानां ते मजदूरां छोटे दुकानदारां नूं इस गल दी चिड़ आउंदी है भी उह कहिंदा बहुत गुस्सा जे बहुत गुस्सा फिर सानू जिंदियां मंगां ने असीं 70,000 रुपया मंगिया 1,00,000 रुपया असी डंगर का मंगया 5,000-5,00,000 रुपया असी मकान का मंगया दे देवे सानू फिर तो असं कही भी हाँ बहुत कुछ है पर देन वास्ते जे आपां कहने भी 70,000 तो दिंदा सानू 6,800 रुपया फिर असी उहनू किवें कहीए इहदे कोल कुछ हैगा। इस गल तो असी बहुत तो कफे हाँ तो किसानां दा गुस्सा है जिहड़ा इहदे तों झल्लिया नहीं जाणा पहलां भी सरकारां किसानां दे गुस्से नहीं थले गेरियां ने बिल्कुल जो 9 दिन तो बाद प्रोटेस्ट की गल करो किमें दा रहेगा जे सरकार कोई मुआवजा नहीं दिंदी जां कितना कितना कुताही कीती सरकार वो जथेबंदियां जिवें सानू काल देणगियां देखो असी हेठले लेवल ते आ साडे होर भी वीर ने जिवें भी वो काल देणगे की करना है किन्ना करना है जे कसमा प्रोग्राम करना है जां जाम करना है उहे जी प्रोग्राम करांगे इह तां काल जिही आऊगी असी तैयार तैयार बैठे हां। बिल्कुल जी बाई जी किमें रहा सिस्टम 3 दिन का पूरा रहा इतने गलबात करिए दिन रात का धरना चलिया है। हाँ जी भी जी दिन पूरा रात का धरना चलिया पूरे पिंडां दे विचों किसान वध तो वध कड़े इतने आए तो उन्होंने हाजिरी लवाई किसानां दे सिर अंदर मजदूरों के ये अंदर होया पिया भी साडी कड़ी पंजाब सरकार आ बहुत लोगों ने चाणा बनाई थी भी यह कुछ किसानों की या मजदूरों की बांह फड़ूगी पर यह वादे तो भज चुकी आ किवें पहला सरकार बनने तो पहला भगवंत मान मुख्यमंत्री जी कहते थे भी MSP की गरंटी का असी चुटकी नाल दे देंगे वो भी नहीं वादा पूरा होया नशे का चिट्टे का वादा करते भी अं 2 दिन के नशा मुक्त कर देंगे पंजाब में भी वो वादा इन्हों तो पूरा नहीं हो गल बातों इन्होंने कि सारिया जी बिल्कुल जी पंजाब के मुख्यमंत्री भगवंत सिंह मान से टिप्पणी कर रहे हैं कि जो कहा वो नहीं किया क्यों नहीं किया कि ना कि गलबात लगातार जिहड़ियां जथेबंदियां ने भारतीय किसान सभा पंजाब के आगू भी जमदूरी किसान सभा आगू भी मौजूद रहे तुसीं भी नाल सी जी प्रोटेस्ट दे प्रदर्शन दे मैं साथी उद्धम सिंह संतोखपुरा पंजाब राज कमेटी मैंबर जमहूरी किसान सभा पंजाब असी जिहड़ा 3 रोज़ा इत्थे धरना रखिया सीगा ये जिहड़ा भगवंत मान ने 2 अप्रैल नूं अपना जिहड़ा कैबिनेट की मीटिंग बुला के उहदे च फैसले करे सीगे भी जदों हड़मारी होगी तां उहदे च असी उहनां लोकां दी सहायता करन लई की देवांगे उहदे च 95,100 है जिहड़ा वो इन्हां ने रख्या सीगा भी मैं मुआवजा दिंदा मकानां दा ते फसलां दा पर इन्हां ने जिहड़ियां कैबिनेट च कीते हुए फैसले ने इन्हां दे ਉਹ ਸਿਰ 'ਤੇ ਪੈਰ ਧਰ ਕੇ ਆਪਦੇ ਫੈਸਲਿਆਂ ਤੋਂ ਇਹ ਭੱਜ ਗਏ ਇਸ ਟਾਈਮ
1800 लोग ने जिहड़े ओह रिलीफ फंडा उहदे च बैठे ने कैंपां च, जिहड़ी सरकार है उहदी जिम्मेवारी बन जांदी है जे कुदरती आफत नाल कोई नुकसान हो जांदा है उहनां दा मुड़ बसेबा करना सूबे दी सरकार दा कम है। ਉਹ ਇਹ ਨਹੀਂ ਕਿ ਲਾਰੇ ਲੱਪੇ ਲਾ ਕੇ ਸਮਾਂ ਲੰਘਾਉਣਾ, ਇਹ ਇਹ ਨਹੀਂ ਬਣਦਾ। ਦੂਜੀ ਗੱਲ ਇਹ ਹੈ ਵੀ ਸਾਡੇ ਪੈਸੇ, ਤੁਹਾਨੂੰ ਕੀ ਲੱਗਦਾ ਜਿਵੇਂ ਹੜ੍ਹਾਂ ਦਾ ਕਿਤੇ ਨਾ ਕਿਤੇ ਬਹੁਤ ਨੁਕਸਾਨ ਕੀਤਾ ਹੜ੍ਹਾਂ ਨੇ ਪੰਜਾਬ ਦਾ, ਕਿੰਨੇ ਜ਼ਿਲ੍ਹਿਆਂ ਦਾ ਨੁਕਸਾਨ ਕੀਤਾ, ਸਰਕਾਰ ਨੇ ਕਿੰਨਾ ਕੁ ਕੰਮ ਕੀਤਾ ਹੜ੍ਹ 'ਚ, ਸਰਕਾਰ ਨੇ ਕੋਈ ਫਾਇਦਾ ਕੀਤਾ? 234 ਕਰੋੜ ਰੁਪਈਆ ਇਹਨਾਂ ਨੇ ਭੇਜਿਆ ਜੀ ਕਿਸਾਨਾਂ ਕੋਲੇ, ਅਤੇ ਨੁਕਸਾਨ ਹੁੰਦਾ 10 ਕਰੋੜ ਦਾ, 10,000 ਕਰੋੜ ਦਾ ਭੇਜਦੇ ਨੇ ਸਿਰਫ 234 ਕਰੋੜ। ਇਹਦੇ 'ਚ ਅਸੀਂ ਕੀ ਕਹਿ ਸਕਦੇ, ਸਾਨੂੰ ਕੀ ਦਿੱਤਾ? ਕੁਛ ਵੀ ਨਹੀਂ ਦਿੱਤਾ। ਹਜ਼ਾਰਾਂ ਏਕੜ ਸਾਡੀ ਫਸਲ ਮਰ ਗਈ, ਸਾਡੇ ਪੋਲਟਰੀ ਫਾਰਮ ਤਬਾਹ ਹੋ ਗਏ, ਸਾਡੇ ਪਿਗਰੀ ਫਾਰਮ ਤਬਾਹ ਹੋ ਗਏ, ਸਹਾਇਕ ਧੰਦੇ ਸੀ ਜਿਹੜੇ ਉਹ ਸਾਰੇ ਤਹਿਸ ਨਹਿਸ ਹੋ ਗਏ, ਸਾਡੇ ਜਿਹੜੇ ਟਿਊਬਵੈੱਲ ਸੀਗੇ ਉਹਨਾਂ ਦੇ ਕੋਠੇ ਢਹਿ ਗਏ, ਸਾਡੇ ਟਿਊਬਵੈੱਲਾਂ ਦੇ ਲਵੋਂ ਦੀ ਜਦੋਂ ਪਾਣੀ ਲੰਘਿਆ ਉਹ ਟਿਊਬਵੈੱਲ ਖਤਮ ਹੋ ਗਏ। ਅੱਜ ਟਿਊਬਵੈੱਲ ਇੱਕ ਲਾਉਣਾ ਹੋਵੇ ਬਹੁਤ ਮਹਿੰਗਾ ਲੱਗਦਾ, ਜੇ ਬੋਰ ਕਰਨਾ ਹੋਵੇ ਧਰਤੀ 'ਚ। ਇਹ ਕੀ ਦਿੱਤਾ ਕੀ ਹੈ ਸਾਨੂੰ? ਇਹ ਸਰਕਾ� ਕਹਿੰਦੀ ਕੋਈ ਗੱਲ ਨਹੀਂ ਜੀ, ਦੇ ਰਿਹਾ ਅਸੀਂ, ਦੇਵਾਂਗੇ, ਲਗਾਤਾਰ ਜਾਰੀ ਕਰ ਰਿਹਾ। ਸਮਾਂ ਲੰਘਾਉਣ ਵਾਲੀ ਗੱਲ ਹੈ, ਜੇ ਇਹਨਾਂ ਨੇ ਕੁਛ ਦੇਣਾ ਹੁੰਦਾ ਤਾਂ ਇਹ ਸੈਂਟਰ ਸਰਕਾਰ ਨੂੰ ਕੋਲੇ ਜਾਂਦੇ ਅਤੇ ਸੂਬੇ ਨੂੰ ਇਹ ਪੰਜਾਬ ਨੂੰ ਆਫਤਾ ਜਿਹੜੀ ਮਤਲਬ ਹੈ ਜੀ, ਤਾਂ ਇਹ ਸੂਬੇ ਤੋਂ ਜਾ ਕੇ ਮੰਗ ਕਰਦੇ ਵੀ ਸਾਡੇ ਪੰਜਾਬ ਦੀ ਦੁਰਦਸ਼ਾ ਹੋ ਗਈ, ਸਾਨੂੰ ਪੈਸੇ ਦਿਓ। ਉਹ ਆਪਣੇ ਸੈਂਟਰ ਰਿਲੀਫ ਫੰਡ 'ਚੋਂ ਸਾਨੂੰ ਪੈਸੇ ਦਿੰਦੇ, ਇਹ ਤਾਂ ਹੈਂਗਰ ਰੱਖੀ ਖੜ੍ਹਾ ਸਾਡਾ ਮੁੱਖ ਮੰਤਰੀ, ਕਹਿੰਦਾ ਮੈਂ ਤਾਂ ਉੱਥੇ ਜਾਂਦਾ ਹੀ ਨਹੀਂ, ਮੇਰੇ ਕੋਲੇ ਬਥੇਰੇ ਪੈਸੇ ਨੇ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਭਾਵੇਂ ਸਰਕਾਰ ਦੂਜੀ ਪਾਰਟੀ ਦੀ ਹੈ ਪਰ ਜਿਹੜੇ ਸੂਬੇ 'ਚ ਮੁੱਖ ਮੰਤਰੀ ਆ ਉੱਥੋਂ ਤੋਂ ਲੋਕਾਂ ਦਾ ਜਿਹੜਾ ਵਸੇਬਾ ਕਰਨਾ ਇਹਦੀ ਜ਼ਿੰਮੇਵਾਰੀ ਆ, ਨਾ ਕਿ ਸੈਂਟਰ ਸਰਕਾਰ ਦੀ। ਇਹਨੇ ਝੋਲੀ ਅੱਡ ਕੇ ਜਾਣਾ ਸੀ ਸੈਂਟਰ ਕੋਲੇ ਵੀ ਦਿਓ ਮੈਂ ਲੋਕਾਂ ਨੂੰ ਅੱਗੇ ਦੇਵਾਂ। ਹਾਂਜੀ, ਹੁਣ ਫਿਰ ਸਮਾਪਤੀ ਕਰਤੀ ਫਿਲਹਾਲ ਅੱਜ ਦਾ ਜਿਹੜਾ 3 ਰੋਜ਼ਾ? ਅਸੀਂ ਸਮਾਪਤੀ ਕਰਤੀ 22-23 ਨੂੰ, ਅਸੀਂ ਦੁਬਾਰੇ ਫਿਰ DC ਦਫ਼ਤਰਾਂ ਅੱਗੇ 2 ਦਿਨ ਲਈ ਫੇਰ ਬੈਠਾਂਗੇ। ਜੇ ਸਰਕਾਰ ਨੇ ਕਰਤਾ ਨਹੀਂ ਜੋ ਅਸੀਂ ਮੰਗਦੇ ਹਾਂ ਉਹਦੇ ਹਿਸਾਬ ਨਾਲ, ਅਤੇ ਜੇ ਕੋਈ ਇਹਦੇ ਵਿੱਚ ਵਿਚਾਲੇ ਕੋਈ ਗੱਲ ਆਉਂਦੀ ਹੈ ਉਦੋਂ ਬਾਅਦ ਸੰਯੁਕਤ ਮੋਰਚਾ ਬੈਠੂਗਾ, ਆਗੂ ਬੈਠਣਗੇ, ਉਹ ਜੋ ਫੈਸਲਾ ਦੇਣਗੇ ਫਿਰ ਉਹ ਹੋਊਗਾ, ਨਹੀਂ ਫਿਰ ਚੰਡੀਗੜ੍ਹ ਜਾਵਾਂਗੇ। ਬਿਲਕੁਲ ਜੀ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 3 ਰੋਜ਼ਾ 3 ਦਿਨਾਂ ਦਾ ਜਿਹੜਾ ਪੱਕਾ ਧਰਨਾ ਲਗਾਇਆ ਸੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਸੰਗਰੂਰ ਵਿਖੇ ਵੀ ਲੱਗਿਆ ਸੀ, ਉਹ ਧਰਨਾ ਸਮਾਪਤ ਹੋ ਚੁੱਕਿਆ, ਜਾਣੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਅੱਜ ਸਮਾਪਤ ਹੋ ਚੁੱਕੇ ਨੇ। ਸੋ ਉਸ ਤੋਂ ਬਾਅਦ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਕੌਲ ਦਿੱਤੀ ਹੈ ਸਰਕਾਰ ਨੂੰ, ਸਮਾਂ ਦਿੱਤਾ ਗਿਆ 9 ਦਿਨ ਦਾ, ਕਿ 9 ਦਿਨ 'ਚ ਜੇ ਮੁਆਵਜ਼ਾ ਪੂਰਾ ਦੇ ਦਿੱਤਾ ਤਾਂ ਠੀਕ ਆ, ਨਹੀਂ ਆਉਣ ਵਾਲੀ 22-23 ਸਤੰਬਰ ਨੂੰ ਅਸੀਂ ਪੂਰੇ ਪੰਜਾਬ ਦੇ DC ਦਫ਼ਤਰ ਘੇਰਾਂਗੇ ਕਿ ਮੁੱਖ ਮੰਤਰੀ ਪੰਜਾਬ ਕਿਉਂ ਨਹੀਂ ਮੁਆਵਜ਼ਾ ਦੇ ਰਹੇ, ਕਿਉਂ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚ ਸੁੱਟ ਰਹੇ ਨੇ। ਸੋ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।